ਉਹ ਇਹਨਾਂ ਟਾਈਮ ਲਾਤਾ ਬਾਹਰ ਆਉਣ ਨੂੰ ਮੈਂ ਬੈਲਾ ਮਾਰ ਮਾਰ ਕੇ ਕਮਲਾ ਹੋਇਆ ਪਿਆ ਬੈਲ ਦਾ ਨਹੀਂ ਕਸੂਰ ਕਮਲੇ ਤੁਸੀਂ ਬਾਈ ਡਿਫਾਲਟ ਹੋ ਤੇ ਨਾਲੇ ਇੱਕ ਬੈਲ ਤੇ ਵੀ ਮੈਂ ਉਹਨਾਂ ਟਾਈਮ ਲਾਉਣਾ ਸੀ ਤੇ 20 ਬੈਲਾਂ ਤੇ ਵੀ ਉਹਨਾਂ ਟਾਈਮ ਲਾਉਣਾ ਸੀ ਬੰਦਾ ਤੁਰਦਾ ਤੁਰਦਾ ਹੀ ਆਊਗਾ ਨਾ ਉੱਡ ਕੇ ਤਾਂ ਨਹੀਂ ਆਉਣ ਲੱਗਾ ਉਹ ਬੰਦਾ ਥੱਕ ਹਾਰ ਕੇ ਘਰੇ ਆਉਂਦਾ ਉਹਨੂੰ ਚਾਹ ਪਾਣੀ ਦਾ ਕੀ ਪੁੱਛਣੀ ਹੈ ਆਪਣਾ ਵੱਖਰੇ ਕੁੱਤਖਾਨੇ ਵਾਲਾ ਡਿਪਾਰਟਮੈਂਟ ਖੋਲ ਕੇ ਬਹਿ ਜਾਨੀ ਹੈ ਬੰਦਾ ਕੀ ਬੰਦਾ ਤੁਹਾਨੂੰ ਲੱਗਦਾ ਤੁਹਾਡੀ ਗਿਣਤੀ ਬੰਦਿਆਂ 'ਚ ਆਉਂਦੀ ਹੈ ਕਿ ਤੈਨੂੰ ਮੈਂ ਜਾਨਵਰ ਦੱਸਦਾ ਕਿ ਜਨੌਰ ਲੈ ਭਲਾ ਮੇਰੀ ਸ਼ਾਮਤ ਆਈ ਹੈ ਤੁਹਾਨੂੰ ਜਾਨਵਰ ਤੇ ਜਨੌਰਾਂ ਦੀ ਕੈਟਾਗਰੀ 'ਚ ਸ਼ਾਮਿਲ ਕਰਨ ਦੀ ਜ਼ਿਆਦਾ ਹੋ ਗਿਆ ਹੁਣ ਬਸ ਬਹੁਤ ਭੁੱਖ ਲੱਗੀ ਹੈ ਰੋਟੀ ਲਾ ਹਾਂ ਹਾਂ ਹੁਣੇ ਬਣਾਉਣੀ ਆ ਮਤਲਬ ਹਜੇ ਤੱਕ ਬਣਾਈ ਨਹੀਂ ਮੈਨੂੰ ਘਰ 'ਚ 100 ਕੰਮ ਹੁੰਦੇ ਆ ਕੱਲੀਆਂ ਰੋਟੀਆਂ ਨਹੀਂ ਬੇਲਣੀਆਂ ਮੈਂ 100 ਕੰਮਾਂ 'ਚੋਂ ਪਹਿਲਾ ਕੰਮ ਨਾ ਆ ਮੋਬਾਈਲ ਦੇ ਵਿੱਚ ਠੁੰਗਾ ਮਾਰਨੀਆਂ ਨੇ ਤੇ ਸਾਰਾ ਦਿਨ ਤੇਰਾ ਪਹਿਲਾ ਕੰਮ ਹੀ ਨਹੀਂ ਮੁੱਕਦਾ ਤੁਸੀਂ ਕੀ ਚਾਹੁੰਦੇ ਹੋ ਮੈਂ ਉੱਠ ਕੇ ਰੋਟੀ ਬਣਾ ਜਾਵਾਂ ਜਾਂ ਇੱਥੇ ਬੈਠ ਕੇ ਤੁਹਾਡੀਆਂ ਉਲ ਜਲੂਲ ਗੱਲਾਂ ਦਾ ਜਵਾਬ ਦੇਈ ਜਾਵਾਂ ਓਏ ਹੌਲੀ ਬੋਲ ਭੂਆ ਕੀ ਸੋਚੂਗੀ ਕਿ ਭਤੀਜੇ ਦੀ ਆਉਣ ਸਾਰੀ ਲਾਪਾ ਹੋਣ ਲੱਗ ਗਈ ਭੂਆ ਤੇ ਦੁਪਹਿਰ ਵੇਲੇ ਨਿਕਲ ਗਈ ਸੀ ਨਿਕਲ ਗਈ ਤਾਂ ਤੇਰਾ ਮਤਲਬ ਕੀ ਮਤਲਬ ਤੋਂ ਕੀ ਮਤਲਬ ਤੁਹਾਡਾ ਓਏ ਮੇਰੇ ਮਤਲਬ ਦਾ ਤਾਂ ਤੈਨੂੰ ਪਤਾ ਲੱਗ ਹੀ ਗਿਆ ਆਪਣੇ ਲਫ਼ਜ਼ਾਂ ਦੀ ਚੋਣ ਨਾ ਥੋੜੀ ਸੰਭਾਲ ਕੇ ਕਰਿਆ ਕਰ ਦੇਖਿਆ ਮਤਲਬ ਕਿੱਥੋਂ ਤੋਂ ਕਿੱਥੇ ਲੈ ਜਾਣੀ ਹੈ ਮੇਰੇ ਲਫ਼ਜ਼ਾਂ ਦੇ ਮਤਲਬ ਇੰਨੀ ਦੂਰ ਨਹੀਂ ਜਾਂਦੇ ਜਿੰਨੀ ਦੂਰ ਤੁਹਾਡੀ ਘਟੀਆ ਸੋਚ ਜਾਂਦੀ ਹੈ ਤੇਰੇ ਨਾਲ ਕਿਹੜਾ ਮੱਥਾ ਮਾਰੇ ਤੁਸੀਂ ਆਉਂਦੇ ਹੋ ਮੱਥਾ ਮਾਰਨ ਆਪਣੇ ਸਿੰਘ ਚੱਕ ਕੇ ਓਏ ਰੱਬਾ ਕਿੱਥੇ ਫਸ ਗਿਆ ਮੈਂ ਆਪਣੀ ਲੁੱਤਰੋਂ ਨੂੰ ਥੋੜੀ ਦੇਰ ਲਈ ਲਗਾਮ ਦੇ ਲਾ ਮੇਰਾ ਅੱਧਾ ਦਿਮਾਗ ਆਫਿਸ 'ਚ ਬੌਸ ਚੱਟ ਜਾਂਦਾ ਤੇ ਅੱਧਾ ਤੂੰ ਖਾ ਜਾਨੀ ਹੈ ਕਾ ਕੂ ਨਹੀਂ ਖਾਂਦੀ ਮੈਂ ਉਹ ਛੱਡ ਉਹ ਪੂਆ ਇੱਕਦਮ ਕਿਵੇਂ ਚੱਲ ਗਈ ਇਹੋ ਜਿਹਾ ਕੀ ਕਰਤਾ ਤੂੰ ਇੱਕਦਮ ਹੋਰ ਕਿੰਨੇ ਦਿਨ ਰੱਖਣਾ ਸੀ 15 ਦਿਨ ਹੋ ਗਏ ਸੀ ਉਹਨੂੰ ਇੱਥੇ ਬੈਠੀ ਹੋਈ ਨੂੰ ਆਪਣੀ ਨੂੰਹ ਨਾਲ ਤਾਂ ਬੰਦੀ ਨਹੀਂ ਤੇ ਮੈਨੂੰ ਨਹੀਂ ਤੇ ਮੱਤਾ ਦਿੰਦੀ ਰਹਿੰਦੀ ਸੀ ਮਸਾ ਹੀ ਮਗਰੋਂ ਲੱਥੀ ਹੈ ਉਹ ਯਾਰ ਹੱਦ ਹੈ ਆਪਣੇ ਵੱਡਿਆਂ ਬਾਰੇ ਵੀ ਕੋਈ ਐਦਾਂ ਬੋਲਦਾ ਹੁੰਦਾ ਤੁਹਾਡੇ ਖਾਨਦਾਨ ਦੇ ਲੋਕਾਂ ਬਾਰੇ ਨਾ ਇਹੋ ਜਿਹੀ ਬੋਲ ਨਿਕਲਨੇ ਮੇਰੇ ਮੂੰਹੋਂ ਕਦੇ ਸਾਡੇ ਪਰਿਵਾਰ ਦੇ ਬਜ਼ੁਰਗਾਂ ਨੂੰ ਦੇਖਿਆ ਕਿਸੇ ਦੀ ਲਾਈਫ 'ਚ ਇੰਟਰਫੇਅਰ ਕਰਦੇ ਆਹੋ ਤੇਰੀ ਮਾਂ ਜਿਹੜੀ ਸਾਰਾ ਦਿਨ ਮੇਰੇ ਖਿਲਾਫ ਤੇਰੇ ਕੰਨ ਭਰਦੀ ਰਹਿੰਦੀ ਹੈ ਮੇਰੀ ਮਾਂ 'ਚ ਨਾ ਇਹੋ ਜਿਹੀ ਕੋਈ ਕੁਆਲਿਟੀ ਨਹੀਂ ਹੈਗੀ ਰੱਬ ਦੀ ਸੌਂਹ ਲੱਗੇ ਹਾਏ ਰੱਬਾ ਹੁਣ ਤੇਰਾ ਰਾਖਾ ਕੌਣ ਬਣੂਗਾ ਉਹ ਤੂੰ ਹੁਣ ਤੱਕ ਖੋਲ ਦੇ ਆਪਣੀ ਮਾਂ ਵਾਲੇ ਜਿੰਦੇ ਨੂੰ ਸੁੱਖ ਤੁਸੀਂ ਕਿਉਂ ਬਾਰ ਬਾਰ ਭੁੱਲ ਜਾਂਦੇ ਹੋ ਅੜਾਇਆ ਹੀ ਹੈ ਖੋਲ ਲਓ ਤੇਰੀ ਮਾਂ ਦਾ ਜਿੰਦਾ ਰੇਲਵੇ ਦੇ ਪੇਪਰਾਂ ਦੀ ਤਿਆਰੀ ਦੀਂਦਾ ਨਹੀਂ ਹੈਗਾ ਦੇਖੋ ਸੁੱਖ ਮੈਂ ਨਾ ਤੁਹਾਡੇ ਰਿਸ਼ਤੇਦਾਰਾਂ ਤੋਂ ਬਹੁਤ ਦੁਖੀ ਆ ਜੇ ਹੁਣ ਕੋਈ ਇਸ ਘਰ ਚ ਵੜ ਗਿਆ ਨਾ ਮੈਂ ਘਰ ਛੱਡ ਕੇ ਚਲੀ ਜਾਣਾ ਫਿਰ ਹੁਣ ਪੱਕੀ ਰਹੀ ਆਪਣੇ ਵਚਨਾਂ ਤੇ ਹਾਏ ਸੁੱਖ ਤੁਸੀਂ ਸੱਚੀ ਚਾਹੁੰਦੇ ਹੋ ਕਿ ਮੈਂ ਚਲੇ ਜਾਵਾਂ ਓ ਯਾਰ ਮੇਰੇ ਚਾਹੁਣ ਨਾਲ ਕੀ ਹੁੰਦਾ ਹੈ ਨਹੀਂ ਕੋਈ ਗੱਲ ਨਹੀਂ ਦੱਸ ਦੋ ਨਾਲੇ ਮੈਨੂੰ ਕਿਹੜਾ ਮੇਰੇ ਘਰਦਿਆਂ ਨੇ ਸੁੱਟਿਆ ਹੈ ਚਲੀ ਜਾਂਦੀ ਹਾਂ ਮੈਂ ਆਪਣਿਆਂ ਕੋਲ ਓ ਯਾਰ ਗਲਤੀ ਹੋ ਗਈ ਮਾਫ਼ ਕਰ ਦੇ ਹੁਣ ਨਹੀਂ ਸੁੱਖ ਮੈਂ ਬਹੁਤ ਸੀਰੀਅਸ ਹਾਂ ਇਸ ਟੌਪਿਕ ਤੇ ਜੇ ਹੁਣ ਤੁਹਾਨੂੰ ਕੋਈ ਫੋਨ ਕਰੇ ਨਾ ਸਾਫ਼ ਮਨਾ ਕਰ ਦਿਓ ਮੈਨੂੰ ਨਹੀਂ ਇੱਥੇ ਚਾਹੀਦਾ ਕੋਈ ਵੀ ਤੇਰੇ ਕਹਿਣ ਦਾ ਮਤਲਬ ਹੁਣ ਰਿਸ਼ਤੇਦਾਰਾਂ ਨਾਲ ਵਰਤਣਾ ਛੱਡ ਦਈਏ ਮੈਨੂੰ ਨਾ ਨਿੱਤ ਦੇ ਸਿਆਪੇ ਨਹੀਂ ਚਾਹੀਦੇ ਤੇ ਤੇਰੇ ਪੇਕਿਆਂ ਤੋਂ ਵੀ ਤਾਂ ਆਉਂਦੇ ਨੇ ਸਿਆਪੇ ਹਾਂ ਤੇ ਮੈਂ ਮਨਾ ਕਰ ਦੂੰਗੀ ਕੋਈ ਨਹੀਂ ਵੜੇਗਾ ਇੱਥੇ ਨਾ ਕੋਈ ਫਿਰ ਤੇਰੇ ਵੱਲੋਂ ਆਊਗਾ ਨਾ ਮੇਰੇ ਵੱਲੋਂ ਡਨ ਹਾਂ ਡਨ ਚੱਲ ਠੀਕ ਹੈ ਡਾਰਲਿੰਗ ਹੁਣ ਮੈਂ ਚੱਲਦਾ ਸੌਵਾਂ ਜਾ ਕੇ ਸਵੇਰੇ ਆਫਿਸ ਵੀ ਜਾਣਾ ਚੰਗਾ ਸੁੱਖ ਸਵੇਰੇ ਕਰੇਲੇ ਬਣਾ ਲਾ